ਵਾਲਿਓ ਠੀਕ ਠਾਕ ਹੋ? ਮੈਨੂੰ ਤੁਹਾਡੇ ਮੈਸੇਜ ਆਉਣ ਲੱਗ ਜਾਣ ਅਤੇ ਫਿਰ ਆਪਾਂ ਗੱਪ ਸ਼ੱਪ ਸ਼ੁਰੂ ਕਰਦੇ ਹਾਂ, ਆਉਣ ਲੱਗ ਗਏ। ਹੈਲੋ 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 ਸਾਰਿਆਂ ਦੇ, ਅਤੇ ਕਿੱਦਾਂ ਠੀਕ ਠਾਕ ਹੋ ਜੀ? ਕੀ ਚੱਲ ਰਹੀ ਹੈ ਨਵੀਂ ਤਾਜ਼ੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੈਲੋ 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 ਹੈਲੋ, ਜਿਨ੍ਹਾਂ ਦੇ ਮੈਸੇਜ ਥੱਲੇ ਆ ਰਹੇ ਨੇ ਸਾਰਿਆਂ ਦੇ। ਦਿਲਾਂ ਦੀ ਰਫ਼ਤਾਰ ਤੇਜ਼ ਹੋ ਗਈ ਹੈ, ਜਿਹੜੇ ਡਗ 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 ਸਾਈਡ 'ਤੇ ਲਾਈਕ ਵਾਲੇ ਦਿਲ ਆ ਰਹੇ ਨੇ। ਆਫਟਰ ਅ ਲੌਂਗ ਟਾਈਮ ਸਿਮਰਨ ਜੀ ਕਹਿ ਰਹੇ ਨੇ, ਕੀ ਹਾਲ ਆ ਵੀਰੇ? ਬਹੁਤ ਵਧੀਆ ਜੀ, ਬਹੁਤ ਵਧੀਆ ਹਾਲ ਚਾਲ। ਤੁਸੀਂ ਸੁਣਾਓ ਜੀ, ਕਿੱਦਾਂ ਠੀਕ ਠਾਕ ਹੈ ਜੀ? ਕਿੱਦਾਂ ਚੱਲ ਰਿਹਾ ਲੋਕਡਾਊਨ? ਕਿਸ ਕਿਸ ਕੰਟਰੀ 'ਚ ਬੈਠੇ ਹੋ? ਠੀਕ ਠਾਕ ਹੋ? ਸੁੱਖ ਸਾਂ ਦਾ ਬਚੇ ਹੋਏ ਹੋ ਅਤੇ ਬਾਹਰ ਨਿਕਲਣ ਲੱਗ ਗਏ ਜਾਂ ਹਾਲੇ ਘਰ ਦੇ ਵਿੱਚ ਹੀ ਬੈਠੇ ਹੋ? ਕਿਉਂਕਿ ਇੰਡੀਆ ਦੇ ਵਿੱਚ ਵੀ ਹੁਣ ਇਹਨਾਂ ਨੇ ਕਰ ਦਿੱਤਾ ਵੀ 7 ਤੋਂ 7, 7 ਤੋਂ 7 ਕੀਤਾ ਨਾ, 6 ਤੋਂ 6, 6 ਤੋਂ 6 ਸ਼ਾਇਦ ਤੁਸੀਂ ਬਾਹਰ ਘੁੰਮ ਫਿਰ ਸਕਦੇ ਹੋ। ਅਤੇ ਪਰ ਹਾਲੇ ਹੈ ਕੰਮ ਰਿਸਕੀ ਹੋਈ, ਆਪਣਾ ਬਚਾਅ ਰੱਖੋ, ਤੁਸੀਂ ਧਿਆਨ ਰੱਖੋ। ਅਤੇ ਬਾਕੀ ਅਸੀਂ ਲੱਗੇ ਹੋਏ ਹਾਂ ਜੀ, ਮਾੜਾ ਮੋਟਾ ਉਦਕਣ ਨੂੰ ਘਰ ਬੈਠ ਕੇ ਨਿੱਕੇ ਮੋਟੇ ਕੰਮ ਕਰੀ ਜਾਈਦੇ ਆ। ਸ਼ੂਟਿੰਗਾਂ ਸ਼ੁਰੂ ਹੋ ਜਾਣਗੀਆਂ ਹੁਣ ਕਹਿੰਦੇ ਆ, ਦੇਖੋ ਕਿੱਦਾਂ ਹਾਲਾਤ ਸ਼ੁਰੂ ਹੋਣਗੇ, ਲੈਟਸ ਸੀ। ਅਤੇ ਬਸ ਤੁਹਾਨੂੰ ਅਪਡੇਟ ਇਹ ਦੇਣੀ ਸੀ ਵੀ ਇੱਕ ਗਾਣਾ ਰਿਲੀਜ਼ ਹੋ ਰਿਹਾ ਕੱਲ੍ਹ ਨੂੰ, ਮੀ ਐਂਡ ਯੂ। ਸੋ ਗਾਣਾ ਕਾਫੀ ਟਾਈਮ ਤੋਂ ਅਸੀਂ ਪਲੈਨ ਕਰ ਰਹੇ ਸੀਗੇ ਇਸ ਗਾਣੇ ਨੂੰ ਰਿਲੀਜ਼ ਕਰਨ ਦੀ। ਜਦੋਂ ਕਨੇਡਾ ਸੀਗਾ ਉਦੋਂ ਗਾਣਾ ਸ਼ੂਟ ਕੀਤਾ ਸੀਗਾ ਇਹ, ਅਤੇ ਤਾਰਿਆਂ ਫੀਚਰ ਕਰ ਰਹੀ ਆ। ਸੋ ਪਹਿਲੀ ਵਾਰੀ ਅਸੀਂ ਦੋਨਾਂ ਦਾ ਇਕੱਠਿਆਂ ਦਾ ਗਾਣਾ ਆ ਰਿਹਾ, ਔਰ ਹੈਪੀ ਰਾਏ ਕੋਟੀ ਦਾ ਲਿਖਿਆ, ਦੇਸੀ ਕਰੂ ਦਾ ਮਿਊਜ਼ਿਕ, ਅਤੇ ਬਲਜੀਤ ਸਿੰਘ ਦਿਓ ਸਾਹਿਬ ਦਾ ਵੀਡੀਓ ਹੈ। ਅਤੇ ਤੁਸੀਂ ਦੇਖਿਓ, ਕੱਲ੍ਹ ਨੂੰ ਰਿਲੀਜ਼ ਹੋ ਜਾਣਾ 11 ਵਜੇ, 11 ਵਜੇ ਟੀ ਸੀਰੀਜ਼ ਦੇ ਚੈਨਲ ਦੇ ਉੱਤੇ ਆ ਜਾਣਾ ਹੈ ਗਾਣਾ। ਸੋ ਪਲੀਜ਼ ਮੇਕ ਸ਼ੋਰ ਤੁਸੀਂ ਦੇਖ ਕੇ ਦੱਸਿਓ। ਐਕਚੁਲੀ ਤਾਂ ਇਹ ਗਾਣਾ ਕਾਫੀ ਟਾਈਮ ਅਸੀਂ ਲੋਕਡਾਊਨ ਤੋਂ ਪਹਿਲਾਂ ਰਿਲੀਜ਼ ਕਰਨਾ ਸੀ, ਫਿਰ ਅਸੀਂ ਕਿਹਾ ਥੋੜ੍ਹੀ ਦੇਰ ਰੋਕ ਦਈਏ, ਖਲਾਰਾ ਪੈ ਰਿਹਾ ਵਾ, ਪਤਾ ਨਹੀਂ ਕੀ ਹੋ ਰਿਹਾ, ਕਿੱਧਰ ਨੂੰ ਦੁਨੀਆ ਜਾ ਰਹੀ ਆ, ਕਿੱਧਰ ਨੂੰ ਬਿਮਾਰੀ ਲੈ ਕੇ ਚਲੇਗੀ। ਫਿਰ ਰੋਕਿਆ ਕਾਫੀ ਟਾਈਮ, ਸੋ ਹਾਲਾਤ ਉੱਦਾਂ ਹੀ ਚੱਲੀ ਜਾ ਰਹੇ ਨੇ। ਅਤੇ ਪਰ ਹੁਣ ਕਾਫੀ ਟਾਈਮ ਹੋ ਗਿਆ ਸੀ, ਮੈਂ ਕਿਹਾ ਹੁਣ ਕੱਢ ਦਿੰਦੇ ਹਾਂ ਗਾਣਾ ਪਿਆ ਵਾ, ਤੁਹਾਨੂੰ ਵਧੀਆ ਲੱਗੂਗਾ, ਵਧੀਆ ਗਾਣਾ ਹੈ। ਹੈਲੋ ਜੀ, ਹੈਲੋ ਸਰ, ਹੈਲੋ ਜੀ, ਹੈਲੋ, ਯੂ ਆਰ ਮਾਈ ਫੇਵਰੇਟ ਐਕਟਰ, ਥੈਂਕ ਯੂ ਜੀ, ਥੈਂਕ ਯੂ ਸੋ ਮਚ, ਐਕਸਾਈਟਡ ਜੀ ਵੇਟਿੰਗ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਮਹਾਰਾਜ, ਥੈਂਕ ਯੂ ਸਾਰਿਆਂ ਦਾ, ਤੁਹਾਡਾ ਲਖਵਿੰਦਰ ਜੀ, ਨਵਰੀਨ ਜੀ, ਅਰਦਾਸਤਰੀ, ਅਰਦਾਸਤਰੀ, ਦੱਸਾਂਗੇ ਜੀ ਤੁਹਾਨੂੰ, ਅਪਡੇਟਾਂ ਦੇਵਾਂਗੇ ਕੀ ਕੀ ਨਵੀਆਂ ਤਾਜ਼ੀਆਂ ਚੀਜ਼ਾਂ ਨੇ। ਸੋ ਫਿਲਹਾਲ ਤਾਂ ਇਹੀ ਬਸ ਖਾਸ ਅਪਡੇਟ ਹੈ, ਕੱਲ੍ਹ ਨੂੰ ਸਵੇਰੇ 11 ਵਜੇ ਗਾਣਾ ਆ ਜਾਣਾ, ਅਤੇ ਮੇਕ ਸ਼ੋਰ ਤੁਸੀਂ ਜਾਇਓ, ਤੁਸੀਂ ਦੇਖਿਓ, ਸਾਨੂੰ ਦੱਸਿਓ ਵੀ ਗਾਣਾ ਤੁਹਾਨੂੰ ਕਿੱਦਾਂ ਲੱਗਿਆ, ਠੀਕ ਹੈ ਜੀ। ਅਤੇ ਕਰਨ ਔਜਲਾ ਨਾਲ ਆਏਗਾ, ਕਰਨ ਔਜਲੇ ਦੇ ਗਾਣੇ ਦੀ ਅਪਡੇਟ ਬਾਅਦ 'ਚ ਦੱਸਾਂਗੇ ਜੀ ਤੁਹਾਨੂੰ। ਅਤੇ ਹੁਣ ਜਿਹੜਾ ਆਇਆ ਵਾ ਉਹ ਤੁਹਾਨੂੰ ਇਹਦੀ ਅਪਡੇਟ ਆ, ਸੋ ਬਾਕੀ ਅਪਡੇਟਾਂ ਫਿਰ ਦੇਵਾਂਗੇ। ਸੋ ਹੁਣ ਅਸੀਂ ਲਾਈਵ ਹੋਵਾਂਗੇ ਆਪਾਂ ਫੇਸਬੁੱਕ ਦੇ ਉੱਤੇ, ਥੋੜ੍ਹੀ ਦੇਰ ਉੱਧਰ ਗੱਲਾਂ ਮਾਰਦੇ ਹਾਂ, ਅਤੇ ਤੁਸੀਂ ਉੱਧਰ ਆ ਜਾਓ ਗਿੱਪੀ ਗਰੇਵਾਲ ਦੇ ਫੇਸਬੁੱਕ ਪੇਜ ਦੇ ਉੱਤੇ, ਅਤੇ ਉੱਥੇ ਗੱਪ ਸ਼ੱਪ ਲਾਉਂਦੇ ਹਾਂ, ਠੀਕ ਹੈ ਜੀ। ਆ ਜਾਓ, ਉੱਧਰ ਕਰਦੇ ਹਾਂ ਗੱਲਬਾਤ, ਓਕੇ ਜੀ।